ਸਤਿ ਸ਼੍ਰੀ ਅਕਾਲ ਦੋਸਤੋ ਹੁਣੇ-ਹੁਣੇ ਡੋਨ ਟ੍ਰੇਨਾਂ ਦੀ ਹੋਈ ਆਪਸ ਦੇ ਵਿੱਚ ਟੱਕਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿੰਨੇ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਹੱਥ ਤਵਾ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਰੇਲ ਮੰਤਰੀ ਅਸ਼ਵਨੀ ਵੈਸ਼ਨਨ ਨੇ ਸ਼ਨੀਚਰਵਾਰ ਨੂੰ ਦਾਵਾ ਕੀਤਾ ਕਿ 29 ਅਕਤੂਬਰ 2023 ਨੂੰ ਆਂਧਰਾ ਪ੍ਰਦੇਸ਼ ਚ ਦੋ ਮੁਸਾਫਿਰ ਰੇਲ ਗੱਡੀਆਂ ਦੇ ਟੱਕਰ ਦੇ ਦੌਰਾਨ ਇੱਕ ਰੇਲ ਗੱਡੀ ਦੇ ਲੋਕ ਪਾਇਲਟ ਅਤੇ ਸਹਾਇਕ ਲੋਕੋ ਪਾਇਲਟ ਮੋਬਾਈਲ ਫੋਨ ਤੇ ক্রিকেট ਮੈਚ ਵੇਖ ਰਹੇ ਸਨ ਉਹਨਾਂ ਨੇ ਇਹ ਪ੍ਰਗਟਾਵਾ ਰੇਲ ਹਾਦਸੇ ਦੇ ਕਾਰਨ ਬਾਰੇ ਦੱਸਦਿਆ ਕੀਤਾ ਉਹਨਾਂ ਨੇ ਦੱਸਿਆ ਹੈ ਕਿ ਸ਼ਾਮ ਨੂੰ 7 ਵਜੇ ਆਂਧਰਾ ਪ੍ਰਦੇਸ਼ ਦੇ ਵਿਜੇਗਰਮ ਜ਼ਿਲ੍ਹੇ ਦੇ ਕਾਂਤਾਕਾਲ ਪੱਟੀ ਚ ਹਵਾੜਾ ਚ ਨਹੀਂ ਮਾਰਕ ਤੇ ਰਾਇਗੜਾ ਮੁਸਾਫਿਰ ਰੇਲ ਗੱਡੀ ਦੇ ਪਿਛਲੇ ਹਿੱਸੇ ਨਾਲ ਟਕਰਾਉਣ ਨਾਲ 14 ਲੋਕਾਂ ਦੀ ਮੌਤ ਹੋ ਗਈ ਤੇ ਪੰਜਾਬ ਤੋਂ 8 ਜ਼ਖਮੀ ਹੋ ਗਏ ਨਵੇਂ ਸੁਰੱਖਿਆ ਪਾਵਾਂ ਦੇ ਬਾਰੇ ਗੱਲ ਕਰਦਿਆਂ ਵੈਸ਼ਨਮ ਨਿਆਂਦਰਾ ਰੇਲ ਬਹਾਸ ਤੇ ਦਾ ਜ਼ਿਕਰ ਕੀਤਾ ਜਿਸ ਤੇ ਭਾਰਤੀ ਰੇਲ ਕੰਮ ਕਰ ਰਹੀ ਹੈ ਰੇਲ ਮੰਤਰੀ ਨੇ ਕਿਹਾ ਕਿ ਕਡ ਨਾਂਦਰਾ ਪ੍ਰਦੇਸ਼ ਜਵਪਰੀ ਜਦਕੀ ਇੱਕ ক্রিকেট ਮੈਚ ਚਾਰਨ ਲੋਕੋ ਪਾਇਲਟ ਤੇ ਸਹ ਪਾਇਲਟ ਦੋਵਾਂ ਦਾ ਧਿਆਨ ਪਕਟ ਗਿਆ ਹੁਣ ਜੇ ਇਆਂ ਪ੍ਰਣਾਲੀਆਂ ਸਥਾਪਿਤ ਕਰਨ ਜਾ ਰਹੇ ਹਾਂ ਜੋ ਜੇ ਇਆਂ ਕਿਸੇ ਵੀ ਰੁਕਾਵਟਾਂ ਦਾ ਪਤਾ ਲਗਾ ਸਕਦੀਆਂ ਨੇ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ